ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਕਸਬਾ ਪੱਟੀ ਚ ਐਤਵਾਰ ਨੂੰ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਥਾਣੇ ਚੋਂ ਚੁਕਵਾਏ ਗਏ ਕਬਾੜ ਵਿੱਚ 3 ਹੈਂਡ ਗ੍ਰਨੇਡ ਅਤੇ 1 ਰਾਕਟ ਲਾਂਚਰ ਵੀ ਚੁਕਵਾ ਦਿੱਤਾ ਗਿਆ। ਇੰਨਾ ਹੀ ਨਹੀਂ, ਰਕਸ਼ੇ ਵਾਲੇ ਦੇ ਨਾਲ ਕਬਾੜ ਦੀ ਦੁਕਾਨ ਤੱਕ ਥਾਣੇ ਦਾ 1 ਕਰਮਚਾਰੀ ਵੀ ਗਿਆ ਸੀ, ਜੋ ਸਮਾਨ ਵੇਚ ਕੇ ਵਾਪਸ ਪਰਤ ਆਇਆ। ਬਾਰੂਦ ਦਾ ਉਕਤ ਸਮਾਨ ਰਕਸ਼ਾ ਚਾਲਕ ਕਿਸ ਤਰ੍ਹਾਂ ਲੈ ਗਿਆ, ਇਸ ਬਾਰੇ ਪੁਲਿਸ ਕਰਮਚਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੱਟੀ ਦੇ ਇੱਕ ਰਿਕਸ਼ਾ ਚਾਲਕ ਵੱਲੋਂ 1 ਲਿਫਾਫਾ ਰੋਹੀ ਵਿੱਚ ਸੁੱਟਿਆ ਗਿਆ ਤਾਂ ਆਸ ਪਾਸ ਦੇ ਲੋਕਾਂ ਦੀ ਉਸ ਤੇ ਨਜ਼ਰ ਪੈ ਗਈ। ਸਮਾਨ ਦੇ ਸ਼ੱਕੀ ਹੋਣ ਦਾ ਸ਼ੱਕ ਹੋਣ ਤੇ ਰਿਕਸ਼ਾ ਚਾਲਕ ਨੂੰ ਰੋਕ ਕੇ ਲੋਕਾਂ ਨੇ ਜਦੋਂ ਰੋਹੀ ਵਿੱਚ ਸੁੱਟਿਆ ਲਿਫਾਫਾ ਬਾਹਰ ਕੱਢਿਆ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ। ਉਸ ਲਿਫਾਫੇ ਵਿੱਚ 3 ਹੈਂਡ ਗ੍ਰਨੇਡ ਅਤੇ 1 ਰਾਕਟ ਲਾਂਚਰ ਵੇਖ ਕੇ ਇਲਾਕੇ ਵਿੱਚ ਸਨਸਨੀ ਫੈਲ ਗਈ। ਦੁਪਹਿਰ ਸਮੇਂ ਪੀਰਾ ਸਾਹਿਬ ਰੋਡ ਤੋਂ ਮਿਲੇ ਉਕਤ ਸਮਾਨ ਦੀ ਸੂਚਨਾ ਜਦੋਂ ਪੁਲਿਸ ਦੇ ਕੰਨੀ ਪਈ ਤਾਂ ਥਾਣਾ ਸਿਟੀ ਪੱਟੀ ਦੇ ਮੁਖੀ SI ਕਰਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ। ਉਹਨਾਂ ਜਲਦਬਾਜ਼ੀ ਵਿੱਚ ਗ੍ਰਨੇਡ ਅਤੇ ਰਾਕਟ ਲਾਂਚਰ ਨੂੰ ਕਬਜ਼ੇ ਵਿੱਚ ਲੈ ਲਿਆ। ਜੇਕਰ ਦੂਜੇ ਪਾਸੇ ਕਬਾੜੀਏ ਦੀ ਮੰਨੀਏ ਤਾਂ ਉਸ ਕੋਲ ਹੈਂਡ ਗ੍ਰਨੇਡ ਵਰਗਾ ਕੋਈ ਸਮਾਨ ਪੁੱਜਾ ਹੀ ਨਹੀਂ ਸੀ। ਜੋ ਕਬਾੜ ਦਾ ਸਮਾਨ ਆਇਆ ਸੀ ਉਹ ਉਸਨੇ ਵੇਖ ਕੇ ਰੱਖ ਲਿਆ ਸੀ। ਹੋ ਸਕਦਾ ਹੈ ਕਿ ਰਿਕਸ਼ਾ ਚਾਲਕ ਇਹ ਸਮਾਨ ਆਪਣੇ ਆਪ ਹੀ ਘਰ ਲੈ ਗਿਆ ਹੋਵੇ। ਘਰ ਲਿਜਾ ਕੇ ਬੰਬਾਂ ਨੂੰ ਤੋੜਨ ਲੱਗਾ ਸੀ ਰਿਕਸ਼ਾ ਚਾਲਕ। ਪੁਲਿਸ ਨੇ ਕਬਾੜੀਏ ਦੀ ਦੁਕਾਨ ਤੇ ਭੇਜਣ ਲਈ ਸਮਾਨ ਰਾਜੂ ਪੁੱਤਰ ਕਰਨੈਲ ਸਿੰਘ ਵਾਸੀ ਸਿੰਗਲ ਵਸਤੀ ਨਾਮਕ ਰਿਕਸ਼ਾ ਚਾਲਕ ਨੂੰ ਚੁਕਵਾਇਆ ਸੀ। ਰਾਜੂ ਮੁਤਾਬਕ ਉਹ ਥਾਣੇ ਚੋਂ ਸਮਾਨ ਲੈ ਕੇ ਕਬਾੜੀਏ ਦੀ ਦੁਕਾਨ ਤੇ ਗਿਆ ਸੀ। ਕਬਾੜੀਏ ਨੇ ਬਾਕੀ ਸਮਾਨ ਤਾਂ ਦੇ ਦਿੱਤਾ ਪਰ ਉਕਤ ਬੰਬ ਆਪਣੇ ਘਰ ਲੈ ਗਿਆ। ਉਸਨੇ ਦੱਸਿਆ ਕਿ ਘਰ ਲਿਜਾ ਕੇ ਉਹ ਉਕਤ ਬੰਬਾਂ ਨੂੰ ਤੋੜ ਰਿਹਾ ਸੀ ਤਾਂ ਉਸਦੇ ਘਰ ਵਾਲਿਆਂ ਨੇ ਰੋਕਦਿਆਂ ਸਮਾਨ ਵਾਪਸ ਕਰਨ ਲਈ ਕਹਿ ਦਿੱਤਾ। ਸਹਿਮ ਕਾਰਨ ਉਹ ਬੰਬ ਥਾਣੇ ਵਿੱਚ ਲਿਜਾਣ ਦੀ ਬਜਾਏ ਹੈਂਡ ਗ੍ਰਨੇਡ ਤੇ ਰਾਕਟ ਲਾਂਚਰ ਨੂੰ ਰੋਹੀ ਵਿੱਚ ਹੀ ਸੁੱਟ ਦਿੱਤਾ। ਇਹ ਗ੍ਰਨੇਡ ਦੀ ਇਹਨਾਂ ਬਾਰੇ ਕੀਤਾ ਆਪਾਂ ਤਫਤੀਸ਼ ਕੀਤੀ ਹੈ, ਇਨਕੁਆਇਰੀ ਕੀਤੀ ਹੈ। ਇਹਨਾਂ ਅੱਜ ਸਫਾਈ ਕਰਦਿਆਂ ਜਿਹੜਾ ਸਫਾਈ ਸੇਵਕ ਹੈਗਾ ਉਹ ਸਾਹਿਬਣੀ ਹੋਰ ਸਮਾਨ ਦੇ ਨਾਲ ਕੁਆਟ ਦੇ ਸਮਾਨ ਦੇ ਨਾਲ ਇਹ ਜਿਹੜੇ ਨਕਾਰਾ ਜਿਹੜੇ ਛੁੱਟੀ ਗ੍ਰਨੇਡ ਸੀਗੇ ਇਹ ਨਾਲ ਸੀਗੇ। ਨਹੀਂ ਤੋੜਨ ਵਾਲੀ ਕੋਈ ਇਹਦੇ 'ਚ ਗੱਲ ਨਹੀਂ ਹੈਗੀ, ਅਸੀਂ ਸਾਰੇ ਵੇਖਿਆ ਕੋਈ ਨਿਸ਼ਾਨ ਨਹੀਂ ਹੈਗਾ ਕੋਈ ਸੱਟਦਾ ਜਾਂ ਤੋੜਨ ਦੀ ਗੱਲ ਕੁਛ ਕੀਤੀ ਹੋਵੇ। ਬਾਕੀ ਇਹ ਥੋੜ੍ਹੇ ਪਾਣੀ 'ਚੋਂ ਹੀ ਗਿੱਲੇ ਸੀਗੇ ਥੋੜ੍ਹੇ ਜਿਹਾ, ਉਹਦੇ ਕਰਕੇ ਥੋੜ੍ਹੀ ਉਹਦੀ ਚਮਕ ਜਿਹੀ ਲੱਗ ਰਹੀ। ਨਹੀਂ ਕੋਈ ਕਸਾਰੀ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਇਹਦੇ 'ਚ, ਕੋਈ ਆਪਣਾ ਕੋਈ ਨਜਾਇਜ਼ ਤਾਂ ਹੈ ਨਹੀਂ। ਇਹ ਬਰਾਮਦ ਤਾਂ ਆਪਾਂ ਕਿਤੇ ਜੀ ਤੋਂ ਰੋਹੀਪੁਰ ਤੋਂ ਸ਼ਾਲੀ ਰੋਡ ਤੋਂ। ਇਹਦੇ ਬਾਰੇ ਅਸੀਂ ਤਸਦੀਕ ਕੀਤਾ ਵਾ, ਇਹਦੇ ਵਿੱਚ ਕੋਈ ਵੀ ਇਹੋ ਜਿਹੀ ਨਹੀਂ ਗੱਲ ਪਾਈ ਗਈ ਕਿ ਇਹ ਜਾਂ ਇਹ ਜਿੰਦਾ ਹੋਣ ਜਾਂ ਕਿਸੇ ਕੋਲ ਕਿਸੇ ਗਲਤ ਅੰਸਰ ਦੇ ਕਿਤੇ ਕਿਸੇ ਕੋਲ ਉਹਨੇ ਲਏ ਹੋਣ ਜਾਂ ਪਏ ਹੋਣ, ਇਹੋ ਜਿਹੀ ਕੋਈ ਗੱਲ ਨਹੀਂ ਪਈ ਗਈ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।